ਦੂਸਰਾ ਬਦਮਾਸ਼ ਹੋਇਆ ਡਿਗਾਂ ਦੇ ਉਹ ਪਾਰਟੀ ਦੇ ਚੇਅਰਮੈਨ ਹੁੰਦਾ ਮਰਾਸੀ ਵਿਚਾਰਾ ਚੈਨ ਲੈਣ ਹੁੰਦਾ ਬੜੀ ਬੇਸਬਰੀ ਹੁੰਦੀ ਮਰਾਸੀਆਂ ਦੀ ਫਟਾਫਟ ਮੇਰੇ ਸਮਾਂ ਦੇ ਵਿੱਚ ਮੈਂ ਜੁੜਾ ਉੱਥੋਂ ਰਾਤ ਵੀ ਚੰਗੀ ਭਰੀ ਹੁੰਦੀ ਮਰਾਸੀ ਕੀ ਕਰਦੇ ਆਪ ਮਰਾਸੀ ਕੋਲੋਂ ਨੀਂਦ ਹੋਇਆ ਤੇ ਤੁਹਾਡਾ ਸੁਣ ਸ਼ੁਰੂ ਹੁੰਦੀ ਹੈ ਮਰਾਸੀ ਆਖਿਆ ਪੈਸਿਆਂ ਵਾਂਢੋ ਘਰੇ ਵੀ ਜਾਣਾ ਹੈ ਭੁੱਖ ਲੱਗੀ ਹੋਈ ਉਹਦੀ ਚੁਬੜਾ ਵੀ ਖਾਣਾ ਹੈ ਉਹ ਨੀ ਬੋਲਦਾ ਫਿਰ ਆਖਿਆ ਮਰਾਸੀ ਆਵਾਜ਼ ਪੈ ਆਉਂਦੀ ਪੈਸਿਆਂ ਵਾਂਢ ਉਹ ਤੋਂ ਬਾਅਦ ਰਾਤ ਦੀ ਚੰਗੀ ਨਹੀਂ ਡੰਡ ਗੁਜ਼ਰਿਆ ਤਾਂ ਮਤਲਬ ਹੋਰ ਕੇ ਆਖਸੀ ਆਖਿਆ ਚੀੜੇ ਬਰਤਾਨੀ ਉਹਨੇ ਛੁੱਟ ਕਰੇ ਸਹਾ ਕੇ ਚੀੜੇ ਬਰਤਾਨੀ ਆਪਾਂ ਛੁਰੀ ਤਲੇ ਸਹਾ ਕੇ ਬਹੁਤੇ ਨਸ਼ੇ ਵਿੱਚ ਪੂਰੀ ਸਮਝਾ ਕੇ ਨਸ਼ੋਈ ਹੁੰਦੇ ਨੇ ਮਰਾਸੀ ਜੀ ਬਹੁਤੇ ਨਸ਼ੇ ਵਿੱਚ ਪੂਰੀ ਸਮਝਾ ਕੇ ਤੇ ਮਰਾਸੀ ਫਿਰ ਮਰਾਸੀ ਬਾਅਦ ਉਸ ਲਹਿਰ ਚਿੜਦੇ ਆਤਾ ਹੈ ਜਿਸ ਤਰ੍ਹਾਂ ਖੁਸਰੇ ਕੁੜੀ ਕੁੜੀ ਦਿੰਦਾ ਨਾ ਮੈਂ ਵੀ ਹੁਣੇ ਸਿਰੇ ਕੁੜੀ ਕੁੜੀ ਦਿੰਦਾ ਜਿਸ ਤਰ੍ਹਾਂ ਖੁਸਰੇ ਕੁੜੀ ਕੁੜੀ ਦਿੰਦਾ ਮੈਂ ਵੀ ਹੁਣੇ ਸਿਰੇ ਕੁੜੀ ਕੁੜੀ ਦਿੰਦਾ ਤੇ ਪੈਸਿਆਂ ਵੰਡ ਘਰੇ ਵੀ ਜਾਣਾ ਹੈ ਭੁੱਖ ਲੱਗੀ ਹੋਈ ਉਹਦੇ ਚੁਗਲਾ ਵੀ ਖਾਣਾ ਹੈ ਉਹ ਆਖਦਾ ਕੁੜੀ ਕੀ ਕਰਦੀ ਵਾ ਮੈਂ ਤੈਨੂੰ ਘੱਟ ਕੁੜੀ ਕੀ ਕਰਦੀ ਵਾ ਮੈਂ ਤੈਨੂੰ ਘੱਟ ਹੈ ਵੀ ਹੱਦਾਂ ਨਹੀਂ ਆ ਮੈਂ ਕੀ ਘੱਟ ਉਹ ਆਖਦਾ ਨੱਟਾਂ ਦੇ ਬਗੈਰ ਵੀ ਤੇ ਤੁਸੀਂ ਨਹੀਂ ਰਹਿੰਦੇ ਹੋ ਘਰ ਵੇਲੇ ਨੱਟਾਂ ਨਾਲ ਨਹੀਂ ਉੱਠਦੇ ਤੇ ਬਹਿੰਦੇ ਹੋ ਪੈਸੇ ਵੰਡ ਕੇ ਘਰੇ ਜਾਣਾ ਹੈ ਉਹ ਟਬ ਕਰਨੇ ਮੈਂ ਟੁਕੜਾ ਨਹੀਂ ਖਾਣਾ ਹੈ ਉਹ ਆਖਦਾ ਵਾ ਨੱਚ ਨੱਚ ਤਲੀਆਂ ਦੇ ਛਾਲ ਪੈ ਗਏ ਵਾ ਚਿੱਟੇ ਦੁੱਧ ਪੈਰ ਮੇਰੇ ਕਾਲੇ ਪੈ ਗਏ ਨੱਚ ਨੱਚ ਤਲੀਆਂ ਦੇ ਛਾਲ ਪੈ ਗਏ ਨੇ ਚਿੱਟੇ ਦੁੱਧ ਪੈਰ ਮੇਰੇ ਕਾਲੇ ਪੈ ਗਏ ਨੇ ਵਾ ਸਾਰੀ ਨੱਚ 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 ਅੱਠ ਸੌ ਹੋਏ ਨੇ ਉਹ ਵੀ ਮਾਂ ਮਨ ਚ ਸੁੱਕੇ ਘੱਟੇ ਚੋਏ ਸਾਰੀ ਰਾਤ ਨੱਚ ਨੱਚ ਅੱਠ ਸੌ ਹੋਏ ਨੇ ਉਹ ਵੀ ਮਾਂ ਮਨ ਚ ਸੁੱਕੇ ਘੱਟੇ ਚੋਏ ਨੇ ਦੋ ਹਿੱਸੇ ਮੇਰੇ ਤੇ ਇੱਕ ਦਾ ਥਾਸੀ ਅੱਠਾਂ ਵਿੱਚੋਂ ਘੰਟਾ ਤੂੰ ਤਾਂ ਕਿਹਾ ਹੁਣ ਅੱਠਾਂ ਵਿੱਚੋਂ ਤ੍ਰੀਆ ਹਿੱਸਾ ਚੰਗਾ ਭਲਾ ਪੀ ਜਾਣਾ ਨੀ ਗੱਲ ਲੱਗਦਾ ਇੱਕਦਮ ਉਸ ਹਿਸਾਬ ਕਿਤਾਬ ਕਰਨਾ ਪੈਂਦਾ ਉਹ ਆਖਦਾ ਓਏ ਇਹ ਸਭ ਪੂਰਾ ਕਿ ਇਨਸਾਨ ਹੈ ਜਾਨ ਮਾਰੀਏ ਧੋਖਾ ਪਿਆ ਕਰਨੇ ਚੰਗੀ ਆ ਰਹੀ ਸਾਰੇ ਪੈਸੇ ਬਾਹਰ ਕੱਢ ਉਹਨਾਂ ਵੰਡ ਉਸ ਤੋਂ ਬਾਅਦ ਰਾਤ ਦੀ ਚੰਗੀ ਨਹੀਂ ਡੰਡ ਉਹ ਪੰਜਾਂ ਪੰਜਾਂ ਸਵਾਲ ਨੇ ਨੋਟ ਕਿੱਥੇ ਪਾਏ ਨੀ ਸਾਰੇ ਪੈਸੇ ਬਾਹਰ ਕੱਢ ਕਿੱਥੇ ਛੁਪਾਏ ਨੀ ਉਹ ਤੇ ਮੇਰੇ ਨੱਚਣੇ ਦੇ ਸਲਾਮ ਨਾ ਮਿਲੇ ਉਹ ਤੇ ਮੇਰੇ ਨੱਚਣੇ ਦਾ ਇਨਾਮ ਨਾ ਮਿਲਿਆ ਤੇ ਮੇਰੇ ਸੰਗੀਤ ਸਲਾਮ ਨਾ ਮਿਲਿਆ ਅਸਾਂ ਕਿਹਾ ਤੇਰਾ ਕੰਮ ਨੱਚਣਾ ਤੇ ਮੇਰਾ ਬਚਾਉਣਾ ਤੇ ਪੰਜਣੇ ਦੇ ਵੇਲੇ ਹੁਣ ਰੋਲਾ ਨੀ ਪਾਉਣਾ ਤੇਰੇ ਹੱਥ ਨੋਟੇ ਵਿੱਚ ਮੇਰਾ ਹਟਾ ਕੇ ਕਿਸੇ ਕੋਲੋਂ ਪੁੱਛ ਕੇ ਜੇ ਤੁਰਨ ਸ਼ੱਕ ਖੁਸਰਿਆ ਗਿਆ ਇਹ ਸਭ ਪੂਰਾ ਕਿ ਰਹਿ ਪੈਂਦੇ ਇਸ ਦਾ ਔਜ਼ਾਰ ਤੇ ਦੇਖਦੇ ਪ੍ਰਾਣ ਦੀ ਝੋਗੀ ਬਾਣ ਨਾਲ ਵਧੀ ਹੋਈ ਤੇ ਆਖਿਆ ਮੈਂ ਸੌ ਵਾਰੀ ਆਖਿਆ ਝੋਗੀ ਬਟਾ ਇਸ ਮੇਰੀ ਅੱਖੀਆਂ ਤੇ ਭਰਾ ਤੂੰ ਬਟਾ ਮੈਂ ਨਸ਼ੇ ਦਾ ਮਜ਼ਾ ਮੈਂ ਕੱਖ ਨਹੀਂ ਆਉਂਦਾ ਮੈਂ ਬਾਲ ਧੋ ਪਾਸੋਂ ਵੱਖੋ ਵੱਖ ਨਹੀਂ ਆਉਂਦਾ ਝੋਗੀ ਦਾ ਬਾਲ ਵੱਖੋ ਵੱਖ ਹੁੰਦਾ ਨਾ ਇੱਕ ਪਾਸੇ ਹੋਰ ਹੁੰਦਾ ਦੂਜੇ ਪਾਸੇ ਹੋਰ ਹੁੰਦਾ ਤੇ ਸਾਰੇ ਬਨਾਸੀ ਤੇ ਚੌਥਾ ਸਕੇ ਹੁੰਦੇ ਨੇ ਕੰਮੇ ਉਹਦੇ ਨਾ ਖੜੋ ਭੂਏ ਭੂਏ ਤੇ ਹੁੰਦੇ ਨੇ ਸ਼ਿਕਰ ਨਹੀਂ ਕਰਦੇ ਕੰਮੇ ਟੁਰਦੇ ਹੀ ਸਿਰ ਸ਼ਿਕਰ ਨਹੀਂ ਕਰਦੇ ਕੰਮੇ ਚੱਲਦੇ ਹੀ ਸਿਰੇ ਤੋਂ ਖਰਚੇ ਦਾ ਕੰਮੇ ਟੁਰਦੇ ਹੀ
ਸਾਡੇ ਪੇਸ਼ ਕਰ ਸਕਦਾ।